ਜੋ ਸੰਗਰਾਂਦ ਦਾ ਦਿਹਾੜਾ, ਜੋ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਤਾਂ ਇਸ ਮਹੀਨੇ ਦਾ ਫਲ ਅਤੇ ਮਹੱਤਵ ਸਤਿਗੁਰੂ ਜੀ ਨੇ ਗੁਰਬਾਣੀ ਵਿੱਚ ਪ੍ਰਮਾਣ ਕੀਤਾ ਹੈ, ਜੋ ਭਾਈ ਸਾਹਿਬ ਭਾਈ ਗੁਰਚਰਨ ਸਿੰਘ ਜੀ ਰਸੀਆ ਕੀਰਤਨ ਕਰ ਰਹੇ ਸਨ, ਅਤੇ ਕੀਰਤਨ ਦੇ ਵਿੱਚ ਵੀ ਸ਼ਬਦ ਇਹੀ ਗਾਇਨ ਕੀਤਾ ਜੋ ਅੱਜ ਦੇ ਮਹੀਨੇ ਦਾ ਵਿਸ਼ੇਸ਼ ਸਤਿਗੁਰੂ ਜੀ ਨੇ ਸਾਨੂੰ ਦ੍ਰਿਸ਼ਟਾਂਤ ਦਿੱਤਾ ਹੈ। ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਬਾਣੀ ਵਿੱਚੋਂ ਜੋ ਆਸਾ ਮਹੱਲਾ ਪਹਿਲਾ, ਧੰਨ ਗੁਰੂ ਨਾਨਕ ਪਾਤਸ਼ਾਹ ਜੀ ਸਾਨੂੰ ਕੀ ਉਪਦੇਸ਼ ਦਿੰਦੇ ਨੇ। ਉਹਨਾਂ ਨੇ ਨਾਮ ਦੀ ਗੱਲ ਕੀਤੀ ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਜਿਹੜਾ ਜੀਵਨ ਹੈ ਬੇਕਾਰ ਹੈ। ਜੇ ਪ੍ਰਭੂ ਦਾ ਨਾਮ ਲੈਂਦੇ ਹਾਂ ਤਾਂ ਸਵਾਸ ਚੱਲਦੇ ਨੇ, ਜੇ ਪ੍ਰਭੂ ਦਾ ਨਾਮ ਨਹੀਂ ਲੈਂਦੇ ਤਾਂ ਸਵਾਸ ਵੀ ਨਿਸਫਲ ਹਨ। ਸਵਾਸ ਕਿਵੇਂ ਆਉਣਗੇ ਪ੍ਰਭੂ ਦੇ ਨਾਮ ਤੋਂ ਬਿਨਾਂ? ਆਖਾਂ ਜੀਵਾਂ ਵਿਸਰੇ ਮਰ ਜਾਓ। ਜੇ ਪ੍ਰਭੂ ਦਾ ਨਾਮ ਲੈਂਦਾ ਹੈ ਤਾਂ ਮੈਂ ਜੀਵ ਰਿਹਾ ਹਾਂ, ਜੇ ਪ੍ਰਭੂ ਦਾ ਨਾਮ ਨਹੀਂ ਤਾਂ ਉਹਦੇ ਨਾਲ ਉਹ ਸਮਝ ਲਓ ਵੀ ਮੌਤ ਦੇ ਸਮਾਨ ਹੈ। ਆਖਾਂ ਜੀਵਾਂ ਵਿਸਰੇ ਮਰ ਜਾਓ, ਆਖਣ ਔਖਾ ਸਾਚਾ ਨਾਉ। ਪਰ ਜਿਹੜਾ ਪ੍ਰਭੂ ਦਾ ਨਾਮ ਲੈਣਾ ਇਤਨਾ ਕਠਿਨ ਦੱਸਿਆ ਹੈ, ਇਤਨਾ ਕਠਿਨ ਦੱਸਿਆ ਹੈ। ਸ਼੍ਰੀਮਾਨ ਸੰਤ ਬਾਬਾ ਆਨੰਦ ਸਿੰਘ ਜੀ, ਕੁਝ ਪ੍ਰੇਮੀ ਆਇਆ ਕਹਿਣ ਲੱਗਾ ਕਿ ਬਾਬਾ ਜੀ ਮੈਂ ਸੁਣਿਆ ਤੁਸੀਂ ਗੁਰੂ ਨਾਨਕ ਦੇ ਦਰਸ਼ਨ ਕੀਤੇ ਨੇ। ਬਾਬਾ ਜੀ ਨੇ ਕੀ ਜਵਾਬ ਦਿੱਤਾ? ਕਹਿੰਦੇ ਜੇ ਕਹਿੰਦੇ ਹਾਂ ਕੀਤੇ ਤਾਂ ਹੰਗਤਾ ਆਉਂਦੀ ਹਉਮੈ ਆਉਂਦੀ ਹੈ, ਜੇ ਕਹਿੰਦੇ ਨਹੀਂ ਕੀਤੇ ਤਾਂ ਖਰਿਆ ਕੀਤੇ ਹੀ ਹੋਣ। ਉਹ ਖਹਿੜਾ ਕਰਨ ਲੱਗ ਪਿਆ, ਕਹਿੰਦਾ ਜੀ ਮੈਨੂੰ ਗੁਰੂ ਨਾਨਕ ਦੇ ਦਰਸ਼ਨ ਕਰਾਓ। ਕਹਿੰਦਾ ਗੁਰੂ ਨਾਨਕ ਦੇ ਦਰਸ਼ਨ ਕਰਾਓ। ਬਹੁਤ ਜ਼ਿਆਦਾ ਖਹਿੜਾ ਕਰਨ ਲੱਗ ਪਿਆ। ਜਦੋਂ ਜ਼ਿਆਦਾ ਖਹਿੜਾ ਕੀਤਾ ਤਾਂ ਮਹਾਂਪੁਰਖ ਕਹਿਣ ਲੱਗੇ, ਚੰਗਾ ਫਿਰ ਤੂੰ ਇਸ ਤਰ੍ਹਾਂ ਕਰ, 100 ਪਾਠ ਜਪਜੀ ਸਾਹਿਬ ਜੀ ਦਾ ਕਰਕੇ ਸਵੇਰੇ ਅੰਮ੍ਰਿਤ ਵੇਲੇ ਮੇਰੇ ਕੋਲ ਆ ਜਾ। ਕਹਿੰਦਾ ਇਹ ਤਾਂ ਬਹੁਤ ਜ਼ਿਆਦਾ ਹੈ, ਅਤੇ ਕਹਿੰਦਾ ਤੂੰ ਗੁਰੂ ਨਾਨਕ ਦੇ ਦਰਸ਼ਨ ਕਰਨੇ ਅਤੇ 100 ਪਾਠ ਵੀ ਜ਼ਿਆਦਾ ਹੈ? ਕਹਿੰਦੇ ਚੰਗਾ ਜਾ 50 ਹੀ ਕਰਕੇ ਆ ਜਾ। ਚਲਾ ਗਿਆ। ਜਦੋਂ ਬਿਠਾ ਦਿੱਤਾ ਕਿਸੇ ਦਰਖਤ ਦੇ ਥੱਲੇ, ਬਾਬਾ ਜੀ ਬਾਹਰ ਟਿੱਬਿਆਂ 'ਚ ਰਹਿੰਦੇ ਸੀ ਜ਼ਿਆਦਾ, ਬਿਠਾ ਦਿੱਤਾ। ਕੁਝ ਸਮੇਂ ਬਾਅਦ ਕਿਸੇ ਸਿੰਘ ਨੂੰ ਭੇਜਿਆ ਕਿ ਜਾ ਕੇ ਦੇਖ ਕੇ ਆਓ, ਜਿਹੜਾ ਬੰਦਾ ਉੱਥੇ ਦਰਖਤ ਥੱਲੇ ਬਿਠਾਇਆ ਸੀ ਉੱਥੇ ਬੈਠਾ ਕਿ ਚਲਾ ਗਿਆ। ਜਦੋਂ ਜਾ ਕੇ ਦੇਖਿਆ ਤਾਂ ਉੱਥੇ ਕੁਛ ਵੀ ਨਾ। ਹੁਣ 2-4 ਪਾਠ ਕੀਤੇ ਤਾਂ ਕਹਿੰਦਾ ਇੰਨੇ ਪਾਠਾਂ ਨੂੰ ਕਿੰਨਾ ਟਾਈਮ ਲੱਗੂਗਾ, ਮੈਂ ਕਿਵੇਂ ਕਰਾਂਗਾ? ਗੁਰੂ ਨਾਨਕ ਦੇ ਦਰਸ਼ਨ ਕਰਨੇ ਸੌਖੇ ਨੇ, ਕਹਿੰਦਾ ਕਿਵੇਂ ਕਰਾਂਗਾ? ਸੋ ਇਹ ਇੰਨਾ ਔਖਾ ਹੈ ਪ੍ਰਭੂ ਦਾ ਨਾਮ ਲੈਣਾ। ਆਖਣੇ ਔਖਾ ਸਾਚਾ ਨਾਉ, ਇਤਨਾ ਔਖਾ ਹੈ ਪ੍ਰਭੂ ਦਾ ਨਾਮ ਲੈਣਾ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ,
ਜਿਸ ਵਕਤ ਚਮਕੌਰ ਦੀ ਗੜੀ ਚੋਂ ਨਿਕਲੇ ਨੇ ਮਾਸੂਵਾੜੇ ਦੇ ਜੰਗਲ ਵਿੱਚ, ਨਾਲ ਕੋਈ ਸੇਵਾਦਾਰ ਨਹੀਂ, ਕੋਈ ਘੋੜਾ ਨਹੀਂ, ਕੱਪੜੇ ਵੀ ਲੀਰੋ ਲੀਰ ਹੋ ਚੁੱਕੇ ਨੇ, ਪੈਰੀ ਜੋੜਾ ਵੀ ਨਹੀਂ ਹੈ। ਗੁਲਾਬੇ ਮਸੰਦ ਦੇ ਖੂਹ 'ਤੇ ਪਹੁੰਚ ਕੇ ਉੱਥੋਂ ਟਿੰਡ ਖੁੱਲ੍ਹ ਕੇ ਪਾਣੀ ਪੀਤਾ ਹੈ ਅਤੇ ਟਿੰਡ ਦਾ ਹੀ ਸਿਰਹਾਣਾ ਲਾ ਕੇ ਸਤਿਗੁਰੂ ਜੀ ਥੋੜ੍ਹਾ ਜਿਹਾ ਵਿਸਰਾਮ ਕਰਨ ਲੱਗ ਪਏ ਔਰ ਪ੍ਰਭੂ ਦੇ ਗੁਣ ਗਾਉਣ ਲੱਗ ਪਏ। ਅਤੇ ਸਤਿਗੁਰੂ ਜੀ ਨੇ ਜੋ ਉਹ ਫਰਮਾਨ ਕੀਤਾ, ਕਹੇ ਪ੍ਰਭੂ ਜੇ ਤੇਰਾ ਮੇਰੇ ਹਿਰਦੇ ਵਿੱਚ ਨਿਵਾਸ ਹੈ ਤਾਂ ਮੈਂ ਬੇਸ਼ੱਕ ਬੀਆਬਾਨ ਜੰਗਲ ਵਿੱਚ ਹਾਂ, ਇਸ ਵਕਤ ਮੇਰੇ ਕੁਝ ਕੁਝ ਨਹੀਂ, ਲੇਕਿਨ ਤੂੰ ਤਾਂ ਮੇਰੇ ਹਿਰਦੇ ਵਿੱਚ ਹੈ ਨਾ, ਤੇਰਾ ਨਾਮ ਤਾਂ ਮੇਰੇ ਹਿਰਦੇ ਵਿੱਚ ਹੈ। ਜੇ ਤੇਰਾ ਨਾਮ ਮੇਰੇ ਹਿਰਦੇ ਵਿੱਚ, ਤੂੰ ਮੇਰੇ ਕੋਲ ਮੇਰੇ ਹਿਰਦੇ ਵਿੱਚ ਬੈਠਾ ਹੈ ਤਾਂ ਮੇਰੇ ਕੋਲ ਸਭ ਕੁਝ ਹੀ ਹੈ। ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ, ਪਹਿਲਾਂ ਤਾਂ ਉਸ ਪਰਮੇਸ਼ਰ ਨੂੰ ਮਿੱਤਰ ਬਣਾਇਆ ਹੈ। ਮਿੱਤਰ ਦਾ ਮਤਲਬ ਵੀ ਬਰਾਬਰ ਦਾ, ਜਿਵੇਂ ਕੋਈ ਮਿੱਤਰ ਮਿੱਤਰ ਇਕੱਠੇ ਹੋ ਜਾਣ ਬਰਾਬਰ ਦੇ, ਪਹਿਲਾਂ ਮਿੱਤਰ ਕਿਹਾ ਹੈ ਉਹ ਮੇਰਾ ਸੋਹਣਾ ਪਿਆਰਾ ਮਿੱਤਰ, ਫਿਰ ਉਸ ਤੋਂ ਬਾਅਦ ਨਾਲ ਹੀ ਪਲਟਾ ਖਾਧਾ ਹੈ ਉਸ ਮਿੱਤਰ ਪਿਆਰੇ ਨੂੰ ਹਾਲ ਮਰੀਦਾਂ ਦਾ ਕਹਿਣਾ। ਕਿਉਂ ਮਰੀਦ ਕਹਿਣਾ ਪਿਆ? ਕਿਉਂਕਿ ਇੱਕ ਹੰਗਤਾ ਹੈ ਬਰਾਬਰ ਦਾ ਸਮਝਣਾ, ਉਹ ਪਰਮੇਸ਼ਰ ਹੈ, ਮੈਂ ਉਹਦਾ ਸਿਸ ਹਾਂ, ਅਤੇ ਨਾਲ ਹੀ ਪਲਟਾ ਖਾ ਲਿਆ, ਕਹਿਣ ਲੱਗੇ ਕਿ ਇਸ ਮਰੀਦ ਦਾ ਜਿਹੜਾ ਹਾਲ ਹੈ ਉਹ ਪ੍ਰਭੂ ਪਰਮੇਸ਼ਰ ਦੇ ਕੋਲ ਬਿਆਨ ਕਰ ਰਹੇ ਨੇ। ਤਜਬਿਨ ਰੋਗ ਰਜਾਈਆਂ ਦੇ ਓਡਨ ਨਾਗ ਨਿਵਾਸਾਂ ਦੇ ਰਹਿਣ, ਹੇ ਪ੍ਰਭੂ ਜੇ ਤੂੰ ਮੇਰੇ ਹਿਰਦੇ ਵਿੱਚ ਹੈ, ਬੇਸ਼ੱਕ ਮੈਂ ਬੀਆਬਾਨ ਜੰਗਲ ਵਿੱਚ ਹਾਂ ਅਤੇ ਮੇਰੇ ਕੋਲ ਤੇਰਾ ਨਾਮ ਹੈ ਅਤੇ ਸਭ ਕੁਝ ਹੀ ਹੈ। ਜੇ ਤੇਰਾ ਮੇਰੇ ਹਿਰਦੇ ਵਿੱਚ ਨਾਮ ਨਹੀਂ ਤਾਂ ਭਾਵੇਂ ਕੋਈ ਕਿੰਨੇ ਵੀ ਸੋਹਣੇ ਮਹੱਲਾ ਵਿੱਚ ਬੈਠਾ ਹੋਵੇ ਉਹ ਵੀ ਬੇਕਾਰ ਹੈ। ਇਹ ਹੈ ਸੰਯੋਗ ਦੀ ਭਾਸ਼ਾ ਵਰਤਣੀ। ਸਾਨੂੰ ਕੋਈ ਥੋੜ੍ਹੀ ਜਿਹੀ ਬਿਮਾਰੀ ਲੱਗ ਜਾਵੇ, ਕੋਈ ਬੁਖਾਰ ਚੜ੍ਹ ਜਾਵੇ, ਕੋਈ ਹੋਰ ਕੋਈ ਸਰੀਰ ਨੂੰ ਕੋਈ ਰੋਗ ਲੱਗ ਜਾਵੇ ਤਾਂ ਬਹਾਨਾ ਤਾਂ ਅਸੀਂ ਪਹਿਲਾਂ ਹੀ ਭਾਲਦੇ ਹਾਂ, ਕੋਈ ਨਾ ਕੋਈ ਬਹਾਨਾ ਮਿਲ ਜਾਵੇ, ਅੱਜ ਤਾਂ ਮੇਰਾ ਸਰੀਰ ਢਿੱਲਾ ਏ, ਅੱਜ ਮੈਂ ਕਿਵੇਂ ਅੰਮ੍ਰਿਤ ਵੇਲੇ ਉੱਠੂੰਗਾ, ਕਿਵੇਂ ਇਸ਼ਨਾਨ ਕਰੂੰਗਾ। ਜੇ ਸਰੀਰ ਇਸ਼ਨਾਨ ਦੀ ਇਜਾਜ਼ਤ ਨਹੀਂ ਦਿੰਦਾ ਤਾਂ ਫਿਰ ਪੰਜ ਇਸ਼ਨਾਨਾਂ ਕਰਕੇ ਹੀ ਤੂੰ ਪਾਠ ਕਰ ਲਾ। ਇਹ ਇਸ਼ਨਾਨ ਤਾਂ ਸਰੀਰ ਦੀ ਸ਼ੁੱਧੀ ਵਾਸਤੇ ਹੈ, ਮਨ ਨੂੰ ਸਾਫ ਕਰਨ ਵਾਸਤੇ ਅਤੇ ਪ੍ਰਭੂ ਦੇ ਗੁਣ ਗਾਇਨ ਕਰਨੇ ਪੈਣਗੇ। ਜੋ ਆਤਮਾ ਦੀ ਖੁਰਾਕ ਹੈ ਉਹ ਪ੍ਰਭੂ ਪਰਮੇਸ਼ਰ ਦਾ ਨਾਮ ਹੈ। ਸੋ ਸਤਿਗੁਰੂ ਜੀ ਨੇ ਇੱਥੇ ਸੰਯੋਗ ਦੀ ਭਾਸ਼ਾ ਵਰਤੀ ਹੈ, ਵਿਯੋਗ ਦੀ ਭਾਸ਼ਾ ਨਹੀਂ ਵਰਤੀ। ਵਿਯੋਗ ਹੈ ਪ੍ਰਭੂ ਤੋਂ ਵਿਛੜ ਜਾਣਾ, ਅਤੇ ਜਾਂ ਜਦੋਂ ਕੋਈ ਸਾਨੂੰ ਕੋਈ ਤਕਲੀਫ ਆ ਜਾਵੇ ਤਾਂ ਅਸੀਂ ਸੌ ਮਿਹਣੇ ਮਾਰਨੇ ਸ਼ੁਰੂ ਕਰ ਦਿੰਦੇ ਹਾਂ, ਹੇ ਪ੍ਰਭੂ ਮੈਂ ਤੇਰੇ ਦਰ 'ਤੇ ਇਤਨਾ ਝਾੜੂ ਫੇਰਦੀ ਸੀ, ਮੈਂ ਤੇਰੇ ਦਰ 'ਤੇ ਇਤਨੀ ਆ ਕੇ ਸੇਵਾ ਕਰਦਾ ਸੀ, ਰੋਜ਼ ਸੀਸ ਝੁਕਾਉਂਦਾ ਸੀ, ਤੁਸੀਂ ਮੇਰੇ ਨਾਲ ਇੱਦਾਂ ਹੀ ਕਰਨੀ ਸੀ? ਇਹ ਮੇਰੇ ਨਾਲ ਤੁਸੀਂ ਕਿਉਂ ਕੀਤਾ? ਇਹ ਗਿਲਾ ਸਿਕਵਾ ਸੀ ਪਰਮੇਸ਼ਰ ਦੇ ਮੂਹਰੇ ਜਦੋਂ ਰੱਖਦੇ ਹਾਂ, ਸਮਝੋ ਵੀ ਇਹ ਪਰਮੇਸ਼ਰ ਤੋਂ ਜੁਦਾ ਹੋਣ ਵਾਲੀ ਗੱਲ ਹੈ।
ਤੇ ਗੁਰੂ ਸਾਹਿਬ ਨੇ ਸਾਨੂੰ ਸੰਯੋਗ ਦੀ ਭਾਸ਼ਾ ਆਪ ਵਰਤੀ ਔਰ ਵਰਤਣ ਦਾ ਹੁਕਮ ਦਿੱਤਾ, ਉਪਦੇਸ਼ ਦਿੱਤਾ ਹੈ। ਭਾਵੇਂ ਗੁਰਸਿੱਖ 'ਤੇ ਕਿਤਨਾ ਵੀ ਵੱਡਾ ਸੰਕਟ ਕਿਉਂ ਨਾ ਆ ਜਾਵੇ, ਕਿਤਨੀਆਂ ਵੀ ਮੁਸੀਬਤਾਂ ਕਿਉਂ ਨਾ ਆ ਜਾਣ, ਕਿਤਨੀ ਵੀ ਮੁਸ਼ਕਲ ਵਿੱਚ ਕਿਉਂ ਨਾ ਆ ਜਾਵੇ, ਅਤੇ ਜੇ ਪ੍ਰਭੂ ਦੀ ਰਜ਼ਾ ਵਿੱਚ ਰਹਿੰਦਾ ਹੈ ਉਹ ਦੁੱਖ ਵੀ ਸੁੱਖ ਵਿੱਚ ਤਬਦੀਲ ਹੋ ਜਾਂਦਾ ਹੈ। ਜਿਸ ਵਕਤ ਅਨੰਦਪੁਰ ਸਾਹਿਬ ਦੀ ਧਰਤੀ ਛੱਡੀ ਅਤੇ ਜਦੋਂ ਸਰਸਾ ਨਦੀ ਪਾਰ ਕਰਨੀ ਸੀ, ਰਾਤ ਦਾ ਸਮਾਂ ਸੀ, ਪਹਿਰ ਰਾਤ, ਅਤੇ ਸਤਿਗੁਰੂ ਜੀ ਨੇ ਬਚਨ ਕੀਤਾ, ਕਿਹਾ ਭਾਈ ਦਇਆ ਸਿੰਘ ਭੁੱਖ ਲੱਗੀ ਸੱਚੇ ਪਾਤਸ਼ਾਹ, ਚਾਰ ਸਵੇਰੇ ਫੌਜਾਂ ਨੇ ਅਤੇ ਦਿਨ ਚੜ੍ਹੇਗਾ, ਕੋਈ ਪ੍ਰਬੰਧ ਕਰ ਲਵਾਂਗੇ, ਹੁਣ ਕਿਵੇਂ ਕੀਤਾ ਜਾਵੇ। ਫਿਰ ਗੁਰੂ ਸਾਹਿਬ ਨੇ ਆਖਿਆ ਭਾਈ ਦਇਆ ਸਿੰਘ ਮੈਨੂੰ ਭੁੱਖ ਬਹੁਤ ਸਤਾ ਰਹੀ ਹੈ। ਭਾਈ ਦਇਆ ਸਿੰਘ ਕਹਿਣ ਲੱਗੇ ਪਾਤਸ਼ਾਹ ਮੈਨੂੰ ਸਮਝ ਨਹੀਂ ਆਈ, ਸਮਤ ਬਖਸ਼ੋ। ਸਤਿਗੁਰੂ ਜੀ ਕਹਿੰਦੇ ਭਾਈ ਦਇਆ ਸਿੰਘ ਮੈਨੂੰ ਸ੍ਰੀ ਆਸਾ ਜੀ ਦੀ ਵਾਰ ਦਾ ਪਾਠ ਸੁਣਾਓ, ਮੇਰੀ ਭੁੱਖ ਲੱਗ ਜਾਵੇ। ਇਹ ਹੈ ਸੱਚੇ ਨਾਮ ਦੀ ਭੁੱਖ, ਇਹ ਹੈ ਸੱਚੇ ਨਾਮ ਕੀ ਲਾਗੇ ਭੁੱਖ, ਸੱਚੇ ਨਾਮ ਕੀ ਲਾਗੇ ਭੁੱਖ, ਇਹ ਹੈ ਭੁੱਖ। ਭਾਵੇਂ ਕਿਤਨਾ ਵੀ ਭਿਆਨਕ ਸਮਾਂ ਹੈ, ਚਾਰ ਸਵੇਰੇ ਫੌਜਾਂ ਨੇ ਘੇਰਾ ਪਾਇਆ ਹੋਇਆ ਹੈ ਅਤੇ ਉੱਧਰ ਜੰਗ ਵੀ ਸ਼ੁਰੂ ਕਰ ਦਿੱਤਾ, ਧਾਵਾ ਬੋਲਤਾ ਪੈ ਰਾਤ ਤੋਂ ਹੀ ਕਿ ਹੁਣ ਤਾਂ ਇਹ ਸਿਮਰਨ ਵਿੱਚ ਨੇ, ਕਿਉਂ ਨਾ ਹੁਣ ਇਹਨਾਂ ਦੇ ਉੱਤੇ ਧਾਵਾ ਬੋਲ ਕੇ ਅਤੇ ਇਹਨਾਂ ਨੂੰ ਖਤਮ ਕੀਤਾ ਜਾ ਸਕੇ। ਉੱਧਰ ਸਿੰਘ ਜੋ ਪਹਿਰੇ ਦੇਖਦੇ ਉਹ ਲੜ ਰਹੇ ਨੇ, ਜੂਝ ਰਹੇ ਨੇ, ਇੱਧਰ ਜੋ ਪ੍ਰਭੂ ਦੇ ਗੁਣ ਗਾਇਨ ਕੀਤੇ ਜਾ ਰਹੇ ਨੇ, ਆਨੰਦ ਵਿੱਚ ਬੈਠੇ ਨੇ ਸਤਿਗੁਰੂ ਜੀ। ਬੋਲੇ ਸੋਨਹਾ ਸੋਸਤਿ ਅਕਾਲ, ਇਹ ਹੈ ਸੱਚੇ ਨਾਮ ਦੀ ਭੁੱਖ। ਤਾਂ ਹੀ ਆਖਿਆ ਕਿ ਸੱਚੇ ਨਾਮ ਕੀ ਲਾਗੇ ਭੁੱਖ, ਕਿਤੇ ਸਾਡੇ ਹਿਰਦੇ ਅੰਦਰ ਵੀ ਐਸੀ ਭੁੱਖ ਲੱਗ ਜਾਵੇ। ਉਹ ਧੰਨ ਧੰਨ ਪਿਆਰੇ ਬਾਬਾ ਆਨੰਦ ਸਿੰਘ ਜੀ ਜਿਨ੍ਹਾਂ ਨੇ ਸਵਾਸ ਸਵਾਸ ਸਿਮਰਨ ਕੀਤਾ, ਅੱਜ ਦੇ ਯੁੱਗ ਵਿੱਚ ਜੇ ਨੀਂਦ ਨੂੰ ਜਿੱਤਿਆ ਹੈ ਤਾਂ ਉਹ ਧੰਨ ਬਾਬਾ ਆਨੰਦ ਸਿੰਘ ਜੀ ਨੇ ਜਿੱਤਿਆ ਹੈ, ਜਿਨ੍ਹਾਂ ਨੇ ਇੱਕ ਵੀ ਸਵਾਸ ਬਿਰਥਾ ਨਹੀਂ ਜਾਣ ਦਿੱਤਾ। ਕਿਵੇਂ ਉਹਨਾਂ ਨੇ ਕਈ ਯੋਗ ਤਰੀਕਿਆਂ ਦੇ ਨਾਲ ਨੀਂਦ ਨੂੰ ਜਿੱਤਣਾ ਸਭ ਤੋਂ ਕਠਿਨ ਮਾਰਗ ਹੈ, ਔਖਾ ਹੈ। ਨੀਂਦ ਜਿਹੜੀ ਹੈ ਸ਼ੂਲਾਂ 'ਤੇ ਵੀ, ਕੰਡਿਆਂ 'ਤੇ ਵੀ ਆ ਜਾਂਦੀ, ਇਤਨੀ ਪਰਪਲ ਹੈ, ਇਹ ਕੰਨਿਆਂ 'ਤੇ ਵੀ ਆ ਜਾਂਦੀ। ਪਰ ਬੜੇ ਯੋਗ ਤਰੀਕਿਆਂ ਦੇ ਨਾਲ ਉਹਨਾਂ ਨੇ ਬਹੁਤ ਥੋੜ੍ਹਾ ਅੰਨ ਖਾਣਾ ਜਿਹਦੇ ਨਾਲ ਸਿਰਫ ਸਰੀਰ ਚੱਲ ਸਕੇ, ਔਰ ਉਹ ਸਵਾਸ ਸਵਾਸ ਬੰਦਗੀ ਕੀਤੀ, ਇੱਕ ਵੀ ਸਵਾਸ ਉਹਨਾਂ ਨੇ ਬਿਰਥਾ ਨਹੀਂ ਜਾਣ ਦਿੱਤਾ ਹੈ। ਇਹ ਹੈ ਸੱਚੇ ਨਾਮ ਕੀ ਲਾਗੇ ਭੁੱਖ। ਸੋ ਅੱਜ ਦਾ ਜੋ ਹੁਕਮਨਾਮਾ ਤੋਂ ਬਾਅਦ ਜੋ ਅੱਜ ਦਾ ਮੱਘਰ ਦਾ ਮਹੀਨਾ ਪ੍ਰਾਰੰਭ ਹੋਇਆ ਹੈ, ਤੁਸੀਂ ਮੱਘਰ ਦੇ ਮਹੀਨੇ ਦਾ ਜੋ ਪਾਠ ਸਰਵਣ ਕੀਤਾ ਹੈ, ਤਾਂ ਸਤਿਗੁਰੂ ਜੀ ਨੇ ਜੋ ਫਰਮਾਨ ਕੀਤਾ, ਮੱਘਰ ਮਾਹੇ ਸੁਹੰਦੀ ਹਰ ਪਿੜ ਸੰਗ ਬੈਠੜੀਆ। ਮੱਘਰ ਦਾ ਮਹੀਨਾ ਉਹ ਸਫਲਾ ਹੈ ਜਿਹੜਾ ਗੁਰੂ ਦੀ ਗੋਦ ਵਿੱਚ ਬੈਠ ਕੇ ਸਮਾਂ ਬਤੀਤ ਕਰਨਾ, ਹਰ ਪਿੜ ਸੰਗ ਬੈਠੜੀਆ, ਜਿਹੜੇ ਪ੍ਰਭੂ ਦੀ ਗੋਦ ਵਿੱਚ ਪ੍ਰਭੂ ਦੀ ਹਜ਼ੂਰੀ ਵਿੱਚ ਬੈਠ ਕੇ ਇਸ ਸਮੇਂ ਨੂੰ ਬਤੀਤ ਕਰਨਾ। ਤਿੰਨ ਤਿੰਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆ।
ਉਹਦੀ ਸ਼ੋਭਾ ਕੀ ਕੀਤੀ ਜਾ ਸਕਦੀ ਹੈ ਜੋ ਪ੍ਰਭੂ ਦੀ ਗੋਦ ਵਿੱਚ ਬੈਠ ਕੇ ਕਥਾ ਕੀਰਤਨ ਸਰਵਣ ਕਰਦਾ ਹੈ, ਜੋ ਗੁਰੂ ਦੀਆਂ ਬਖਸ਼ਾਂ ਦਾ ਪਾਤਰ ਬਣਦਾ ਹੈ। ਤਨ ਮਨ ਮੋਲਿਆ ਰਾਮ ਸੋ ਸੰਗ ਸਾਧ ਸਹਿਲੜੀਆ। ਇਹ ਪ੍ਰਭੂ ਦੇ ਨਾਮ ਜਪਣ ਵਾਲੇ ਪਿਆਰਿਆਂ ਦੀ ਸੰਗਤ ਕਰਕੇ ਹੀ ਮਨ ਜਿਹੜਾ ਹੈ ਪ੍ਰਭੂ ਦੇ ਨਾਮ ਵਿੱਚ ਭਿੱਜ ਸਕਦਾ ਹੈ, ਪ੍ਰਭੂ ਦੀ ਯਾਦ ਵਿੱਚ ਲੱਗ ਸਕਦਾ ਹੈ। ਸਾਧ ਜਨਾਂ ਤੇ ਬਾਹਰੀ ਸੇ ਰਹਿਣ ਇੱਕੇ ਲੜੀ ਹੈ। ਜਿਹੜੇ ਪ੍ਰਭੂ ਦੇ ਗੁਣ ਗਾਇਨ ਕਰਨ ਵਾਲੇ ਨੇ ਉਹਨਾਂ ਦੀ ਸੰਗਤ ਤੋਂ ਬਗੈਰ ਇਹ ਜਿਹੜਾ ਜੀਵਨ ਹੈ ਅਧੂਰਾ ਹੈ। ਭਈ ਪ੍ਰਾਪਤ ਮਾਨੁੱਖ ਦੇ ਹੁਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਪ੍ਰਭੂ ਪ੍ਰਾਪਤ ਨੂੰ ਮਿਲਣ ਦਾ ਇੱਕੋ ਇੱਕ ਸਮਾਂ ਹੈ, ਜਾਮਾ ਹੈ ਜੋ ਮਨੁੱਖਾ ਜਨਮ ਪ੍ਰਾਪਤ ਹੋਇਆ, ਅਤੇ ਬੜੇ ਹੀਰੇ ਲਾਲਾਂ ਦਾ ਇਸਨੂੰ ਖਿਤਾਬ ਦਿੱਤਾ। ਔਰ 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ। ਪਰਮੇਸ਼ਰ ਨੇ 84 ਲੱਖ ਜੂਨ ਪੈਦਾ ਕਰਕੇ ਅਤੇ 84 ਲੱਖ ਜੂਨ ਦਾ ਬਾਦਸ਼ਾਹ ਕਿਸ ਨੂੰ ਬਣਾਇਆ? ਮਨੁੱਖਾ ਜਨਮ ਨੂੰ। ਇਹ ਮਨੁੱਖਾ ਦੇਹੀ ਜਿਹੜੀ ਹੈ ਇਹ 84 ਲੱਖ ਜੂਨਾਂ ਦੀ ਬਾਦਸ਼ਾਹ ਹੈ। ਇਤਨਾ ਮਹਿੰਗਾ ਇਹ ਜੀਵਨ, ਇੰਨਾ ਉੱਚਾ ਸੁੱਚਾ ਜੀਵਨ ਜਿਸ ਨੂੰ ਬਾਦਸ਼ਾਹੀ ਦਾ ਖਿਤਾਬ ਦਿੱਤਾ ਹੈ। 84 ਲੱਖ ਜੂਨ ਉਪਾਈ ਮਾਨਸ ਕੋ ਪ੍ਰਭ ਦੀ ਵਡਿਆਈ, ਇਸ ਪੌੜੀ 'ਤੇ ਜੋ ਨਰ ਚੁੱਕੇ ਸੋ ਆਏ ਜਾਏ ਦੁੱਖ ਪਾਏਗਾ। ਮਾਨਸ ਦੇਹ ਭਾਈ ਵਡਭਾਗੀ, ਵੱਡੇ ਭਾਗਾਂ ਦੇ ਨਾਲ ਮਨੁੱਖਾ ਜਨਮ ਪ੍ਰਾਪਤ ਹੋਇਆ ਹੈ। ਜੇ ਮਨੁੱਖਾ ਜਨਮ ਪ੍ਰਾਪਤ ਕਰਕੇ ਉਸ ਪ੍ਰਭੂ ਦੇ ਗੁਣ ਗਾਇਣ ਨਹੀਂ ਕਰਦਾ, ਉਸ ਨੂੰ ਯਾਦ ਨਹੀਂ ਕਰਦਾ, ਉਸ ਪਰਮੇਸ਼ਰ ਦਾ ਸ਼ੁਕਰਾਨਾ ਨਹੀਂ ਕਰਦਾ, ਤੇ ਸਮਝ ਲਓ ਕਿ ਆਪਣੀ ਆਤਮਾ ਦਾ ਘਾਤ ਕਰ ਰਿਹਾ ਹੈ। ਸੋ ਆਪਾਂ ਆਤਮਘਾਤੀ ਨਹੀਂ ਬਣਨਾ, ਆਪਾਂ ਹਮੇਸ਼ਾ ਉਸ ਪ੍ਰਭੂ ਦੇ ਗੁਣ ਗਾਇਣ ਕਰਨੇ ਨੇ, ਹਮੇਸ਼ਾ ਉਹਦੀ ਯਾਦ ਵਿੱਚ ਜੁੜਨਾ ਹੈ। ਭਈ ਪ੍ਰਾਪਤ ਮਾਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਤੇਰੀ ਬਰੀਆ। ਕਹਿੰਦੇ ਅਵਰ ਕਾਜ ਤੇਰੇ ਕਿਤੇ ਨਾ ਕਾਮ। ਜਿਹੜੇ ਆਪਾਂ ਦੁਨਿਆਵੀ ਵਿਹਾਰ ਕਰਦੇ ਹਾਂ ਉਹ ਸਿਰਫ ਪੇਟ ਪੂਜਾ ਪਰਿਵਾਰ ਪਾਲਣ ਤੱਕ ਸੀਮਤ ਹੈ, ਉਹਦੇ ਵਿੱਚ ਕੋਈ ਰੁਤਬਾ ਨਹੀਂ। ਅਵਰ ਕਾਜ ਤੇਰੇ ਕਿਤੇ ਨਾ ਕਾਮ, ਅਤੇ ਨਾਲ ਕਿਹਨੇ ਨੱਭਣਾ ਹੈ? ਸਾਧ ਸੰਗਤ ਭੱਜ ਕੇਵਲ ਨਾਮ। ਆ ਜਿਹੜਾ ਤੁਸੀਂ ਸਤ ਸੰਗਤ ਵਿੱਚ ਜੁੜੇ ਬੈਠੇ ਹੋ, ਸਤ ਸੰਗਤ ਦੀਆਂ ਘੜੀਆਂ ਦਾ ਆਨੰਦ ਮਾਣਦੇ ਹੋ, ਜਿਹੜਾ ਘਰ ਵਿੱਚ ਬੈਠੇ ਵੀ ਤੁਸੀਂ ਨਿਤਨੇਮ ਕਰਦੇ ਹੋ, ਚਾਹੇ ਗੱਡੀ ਵਿੱਚ ਸਫ਼ਰ ਕਰਦੇ ਹੋ, ਕਾਰ ਵਿੱਚ ਜਾਂਦੇ ਹੋ ਕਿਤੇ, ਚਾਹੇ ਦਫ਼ਤਰ 'ਚ ਬੈਠੇ ਹੋ, ਜਿਹੜੀ ਘੜੀ ਜਿਹੜਾ ਪਲ ਤੁਹਾਡਾ ਪ੍ਰਭੂ ਦੀ ਯਾਦ ਵਿੱਚ ਬਤੀਤ ਹੋਣਾ ਹੈ, ਗੰਦੇ ਗਾਣੇ ਸੁਣਨ ਨਾਲੋਂ, ਉੱਧਰ ਦੀਆਂ ਨਿੰਦਿਆ ਚੁਗਲੀ ਕਰਨ ਨਾਲੋਂ, ਜੇ ਉਹ ਟਾਈਮ ਪ੍ਰਭੂ ਦੀ ਯਾਦ ਵਿੱਚ ਬਤੀਤ ਕੀਤਾ ਜਾਵੇ, ਕੋਈ ਬਾਣੀ ਕੰਠ ਹੈ ਬਾਣੀ ਸਮਾਂ ਤੋਂ ਉੱਦਾਂ ਬਾਣੀ ਪੜ੍ਹ ਲਓ, ਨਹੀਂ ਤਾਂ ਵਾਹਿਗੁਰੂ ਕਰੀ ਜਾਇਓ, ਮੂਲ ਮੰਤਰ ਦਾ ਜਾਪ ਕਰੀ ਜਾਓ, ਤਾਂ ਕਿ ਜਿਹੜੇ ਸਾਡੇ ਸਵਾਸ ਆ ਉਹ ਨਿਸ਼ਫਲ ਨਾ ਜਾਣ। ਇਹ ਸਵਾਸਾਂ ਨੂੰ ਆਪਾਂ ਸਫਲੇ ਕਰਕੇ ਜਾਣਾ ਹੈ। ਇਹ ਸਵਾਸ ਜਿਹੜੇ ਨੇ ਇਤਨੇ ਕੀਮਤੀ ਮਹਿੰਗੇ ਸਵਾਸ ਸਾਨੂੰ ਪਰਮੇਸ਼ਰ ਨੇ ਦਿੱਤੇ ਨੇ, ਅਤੇ ਜਿਹੜਾ ਪ੍ਰਭੂ ਦੀ ਯਾਦ ਵਿੱਚ ਸਮਾਂ ਬਤੀਤ ਹੋਣਾ ਹੈ ਉਹੀ ਸਾਡਾ ਸਫਲਾ ਹੈ। ਉਸ ਨੂੰ ਆਖਿਆ ਸਾਧ ਸੰਗਤ ਭੱਜ ਕੇਵਲ ਨਾਮ। ਅੰਤਰ ਗੁਰੂ ਅਰਧਨਾ ਜਿਹ ਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸਰਵਣੀ ਸੁਨਣਾ ਗੁਰ ਨਾਉ। ਸਤਿਗੁਰ ਛੇਤੀ ਰਤਿਆ, ਦਰਗਹਿ ਪਾਈਏ ਠਾਓ, ਕਹੋ ਨਾਨਕ ਕਿਰਪਾ ਕਰੇ। ਕੀ ਕਿਰਪਾ ਕਰੇ? ਜਿਸ ਨੂੰ ਇਹ ਵੱਥ ਦੇ, ਕਿਹੜੀ ਜਿਹੜੀ ਹੁਣੇ ਗਿਣ ਕੇ ਦੱਸੀ ਹੈ,
ਅੰਤਰ ਧਿਆਨ ਹੋ ਕੇ ਉਹਦੀ ਅਰਾਧਨਾ ਕਰਨੀ, ਜੀਭਾਂ ਦੇ ਨਾਲ ਨਾਮ ਜਪਣਾ, ਕੰਨਾਂ ਦੇ ਨਾਲ ਬਾਣੀ ਸੁਣਨੀ, ਅੱਖਾਂ ਦੇ ਨਾਲ ਸਤਿਗੁਰੂ ਜੀ ਦੇ ਦਰਸ਼ਨ ਦਿਦਾਰੇ ਕਰਨੇ। ਇਹ ਜਿਹੜੇ ਗੁਣ ਦੇ ਜਿਹਦੇ ਹਿਰਦੇ ਅੰਦਰ ਆ ਜਾਣ ਤੇ ਉਹ ਗੁਰੂ ਦੀ ਬਖਸ਼ਣ ਦਾ ਪਾਤਰ ਬਣ ਜਾਂਦਾ ਹੈ। ਸਤਿਗੁਰ ਚਿੱਤੀ ਰੱਤਿਆ ਦਰਗੇ ਪਾਈਏ ਠਾਓ, ਉਹ ਫਿਰ ਦਰਗਾਹ ਦੇ ਵਿੱਚ ਉਹਨਾਂ ਵਾਸਤੇ ਵਿਸ਼ੇਸ਼ ਜਗ੍ਹਾ ਪ੍ਰਾਪਤ ਹੁੰਦੀ ਹੈ। ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵੱਥ ਦੇ, ਜਿਹਦੇ ਉੱਤੇ ਗੁਰੂ ਦੀ ਕਿਰਪਾ ਪੂਰਨ ਕਿਰਪਾ ਹੋ ਜਾਵੇ ਉਸਨੂੰ ਇਹ ਬਖਸ਼ਿਸ਼ ਪ੍ਰਾਪਤ ਹੁੰਦੀ ਹੈ। ਹੁਣ ਤੁਸੀਂ ਦੇਖ ਲਓ ਕਿ ਕਿੰਨੀ ਸੰਗਤਾਂ, ਕਿੰਨਾ ਇਲਾਕਾ ਸਾਰਾ ਗੁਰਸਿੱਖਾਂ ਦੇ ਘਰ ਨੇ ਸਾਰੇ, ਲੇਕਿਨ ਇੱਥੇ ਕੌਣ ਬੈਠੇ ਨੇ? ਕੌਣ ਉਸ ਵਸਤੂ ਦੇ ਭਾਈਵਾਲ ਬਣੇ ਨੇ ਜਿਹਦੇ ਉੱਤੇ ਗੁਰੂ ਨਾਨਕ ਦੀ ਕਿਰਪਾ ਹੋਈ ਹੈ? ਜਿਸ 'ਤੇ ਗੁਰੂ ਨਾਨਕ ਤੁਰਠਾ ਹੈ ਉਸਨੂੰ ਸਤਿਗੁਰੂ ਜੀ ਆਪ ਆਵਾਜ਼ ਮਾਰ ਕੇ ਠਾਲ ਕੇ ਅਤੇ ਆਪਣੇ ਗੋਦੀ ਵਿੱਚ ਬਿਠਾਉਂਦੇ ਨੇ। ਕੀ ਪ੍ਰਮਾਣ ਕਰਦੇ ਨੇ? ਆਏ ਮਿਲ ਗੁਰਸਿੱਖ ਆਏ ਮਿਲ, ਇਹ ਮੇਰੇ ਪਿਆਰੇ ਗੁਰਸਿੱਖਾ ਆ ਆ ਮਿਲ, ਆ ਦੇਖ ਮੇਰੀ ਗੋਦੀ ਵਿੱਚ ਬੈਠ ਕੇ ਮੇਰੀ ਗੋਦੀ ਦਾ ਕਿੰਨਾ ਕੁ ਪਿਆਰ ਅਤੇ ਕਿੰਨਾ ਕੁ ਨਿੱਘ ਅਤੇ ਕਿੰਨਾ ਕੁ ਆਨੰਦ ਹੈ। ਆਏ ਮਿਲ ਗੁਰਸਿੱਖ ਆਏ ਮਿਲ, ਤੂੰ ਮੇਰੇ ਗੁਰੂ ਕੇ ਪਿਆਰੇ। ਹੇ ਪਿਆਰੇ ਗੁਰਸਿੱਖਾ, ਆ ਕੇ ਬੈਠ ਕੇ ਦੇਖ ਤੇ ਸਹੀ। ਜਿਸ ਨੇ ਆਪਣੀ ਬਾਪ ਦੀ ਗੋਦੀ ਵਿੱਚ ਨਹੀਂ ਬੈਠ ਕੇ ਦੇਖਿਆ ਉਹਨੂੰ ਕੀ ਪਤਾ ਕਿ ਮੇਰੇ ਬਾਪ ਦੀ ਗੋਦੀ ਦਾ ਕਿੰਨਾ ਕੁ ਨਿੱਘ ਅਤੇ ਕਿੰਨਾ ਕੁ ਆਨੰਦ ਹੈ। ਜਿਹੜਾ ਆਪਣੇ ਮੁਰਸ਼ਦ ਦੀ ਗੋਦੀ ਵਿੱਚ ਨਹੀਂ ਬੈਠਦਾ, ਜਿਹੜਾ ਸਤਿਗੁਰੂ ਜੀ ਦੇ ਚਰਨਾਂ ਵਿੱਚ ਨਹੀਂ ਬੈਠਦਾ ਉਹਨੂੰ ਕੀ ਪਤਾ ਏ ਕਿ ਮੇਰੇ ਸਤਿਗੁਰੂ ਜੀ ਦੀ ਗੋਦੀ ਦਾ ਕਿੰਨਾ ਕੁ ਨਿੱਘ ਅਤੇ ਕਿੰਨਾ ਕੁ ਆਨੰਦ ਹੈ। ਇਹ ਜਿਹੜਾ ਆਨੰਦ ਹੈ, ਆਨੰਦ ਆਨੰਦ ਸਭ ਕੋ ਕਹੇ, ਆਨੰਦ ਗੁਰੂ ਤੇ ਜਾਣ। ਜਿਨ੍ਹਾਂ ਨੇ ਗੁਰੂ ਦੀ ਬਖਸ਼ਾਂ ਨੂੰ ਸੰਭਾਲ ਲਿਆ ਉਹ ਇਸ ਆਨੰਦ ਦੇ ਭਾਈਵਾਲ ਬਣ ਗਏ। ਅਤੇ ਇਹ ਗੂੰਗੇ ਦੀ ਮਠਿਆਈ ਵਾਲਾ ਰਸ ਹੈ, ਜਿਨ ਇਹ ਚਾਖੀ ਸੋਈ ਜਾਣੇ ਗੂੰਗੇ ਕੀ ਮਠਿਆਈ। ਗੂੰਗੇ ਦੀ ਮਠਿਆਈ ਵਾਲਾ ਜੋ ਹੈ ਇਹ ਆਨੰਦ ਹੈ, ਇਸ ਨੂੰ ਉਹੀ ਜਾਣ ਸਕਦਾ ਹੈ। ਜਿਹੜਾ ਜਾਣ ਸਕਦਾ ਹੈ ਉਹ ਕਿਸੇ ਨੂੰ ਦੱਸ ਨਹੀਂ ਸਕਦਾ ਕਿ ਮੈਨੂੰ ਕਿੰਨਾ ਕੁ ਆਨੰਦ ਆ ਰਿਹਾ ਗੁਰੂ ਦੀ ਗੋਦ ਵਿੱਚ, ਕਿੰਨੀਆਂ ਕਿਵੇਂ ਬਖਸ਼ਣ ਦਾ ਪਾਤਰ ਬਣ ਰਿਹਾ ਹਾਂ। ਤਾਂ ਹੀ ਫਰਮਾਨ ਕੀਤਾ ਇਹ ਅੱਜ ਦੇ ਜੋ ਮਹਾਂਵਾਕ ਇਸ ਮੱਘਰ ਦਾ ਮਹੀਨੇ ਦਾ, ਸਾਹ ਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆ, ਤਨ ਦੁੱਖ ਨਾ ਕਭੂ ਉਤਰੇ ਸੇ ਜਮ ਕੇ ਵਚ ਪੜੀਆ। ਜਿਹੜੇ ਇਹਨਾਂ ਚੀਜ਼ਾਂ ਤੋਂ, ਗੁਰੂ ਦੀ ਸੰਗਤ ਤੋਂ, ਗੁਰਮੁਖਾਂ ਪਿਆਰਿਆਂ ਦੀ ਸੰਗਤ ਤੋਂ ਵਿਹੁਣੇ ਰਹਿ ਜਾਂਦੇ ਨੇ ਅਤੇ ਉਹਨਾਂ ਦੇ ਸਮਝੋ ਵੀ ਉਹ ਦੁੱਖਾਂ ਭਰਿਆ ਹੀ ਜੀਵਨ ਬਤੀਤ ਹੁੰਦਾ ਹੈ। ਜਿੰਨੀ ਰਾਵਿਆ ਪ੍ਰਭਾ ਆਪਣਾ ਸੇ ਦਿਸਣ ਨਿੱਤ ਖੜੀਆ। ਜਿਨ੍ਹਾਂ ਨੇ ਆਪਣੇ ਪ੍ਰਭੂ ਨੂੰ ਧਿਆ ਲਿਆ ਹੈ, ਅਰਾਧ ਲਿਆ ਹੈ, ਉਹ ਹਮੇਸ਼ਾ ਆਪਣੇ ਮੁਰਸ਼ ਦੇ ਸਤਿਗੁਰੂ ਜੀ ਦੀ ਦ੍ਰਿਸ਼ਟੀ ਨਜ਼ਰ ਵਿੱਚ ਹਮੇਸ਼ਾ ਤਤਪਰ ਔਰ ਨਜ਼ਰ ਗੁਰੂ ਦੀ ਉਹਨਾਂ ਦੇ ਉੱਤੇ ਟਿੱਕੀ ਰਹਿੰਦੀ ਹੈ। ਉਹ ਇਸ ਬਖਸ਼ ਦੇ ਹਮੇਸ਼ਾ ਹੀ ਪਾਤਰ ਬਣੇ ਰਹਿੰਦੇ ਨੇ। ਜਿੰਨੀ ਰਾਵਿਆ ਪ੍ਰਭਾ ਆਪਣਾ ਸੇ ਦਿਸਣ ਨਿੱਤ ਖੜੀਆ, ਰਤਨ ਜਵੇਹਰ ਲਾਲ ਹਰ ਕੰਠਤ ਨਾ ਜੜੀਆ। ਇਹ ਜਿਹੜੇ ਰਤਨ ਜਵਾਹਰ ਲਾਲ, ਇਹ ਜਿਹੜੇ ਇਹਨਾਂ ਤੋਂ ਮਹਿੰਗਾ ਵਸਤੂ ਜੋ ਨਾਮ ਹੈ,
ਜਿਹਨਾਂ ਦੇ ਹਿਰਦੇ ਅੰਦਰ ਉੱਕਰ ਆਇਆ ਤੇ ਉਹ ਫਿਰ ਉਹੀ ਸੰਭਾਲ ਸਕਦਾ ਜਿਹਦੇ ਉੱਤੇ ਸਤਿਗੁਰੂ ਜੀ ਦੀ ਪੂਰਨ ਕਿਰਪਾ ਹੋ ਜਾਂਦੀ ਹੈ, ਉਹ ਇਸ ਵਸਤੂ ਦਾ ਗਾਹਕ ਬਣ ਜਾਂਦਾ ਹੈ। ਰਤਨ ਜਵੇਹਰ ਲਾਲ ਹਰ ਕੰਠਤ ਨਾ ਜੜਿਆ, ਨਾਨਕ ਬਾਂਚੇ ਧੂੜ ਤਿੰਨ ਪਰਵ ਸਰਨੀ ਦੜ ਪੜੀਆ। ਭਾਈ ਪ੍ਰਾਪਤ ਮਨੁੱਖ ਦੇ ਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੇ ਪਰਿਆ। ਵਡਭਾਗੀ ਸਾਧ ਸੰਗ ਪ੍ਰਾਪਤ, ਤਿੰਨ ਭੇਟਤ ਦੁਰਮਤ ਖੋਈ, ਤਿੰਨ ਕੀ ਧੂਰ ਨਾਨਕ ਦਾਸ ਬਾਂਸੈ, ਜਿਨ ਹਰ ਨਾਮ ਰਿਦੇ। ਵੱਡੇ ਭਾਗਾਂ ਦੇ ਨਾਲ ਗੁਰਮੁਖਾਂ ਪਿਆਰਿਆਂ ਦੀ, ਮਹਾਂਪੁਰਖਾਂ ਦੀ ਸੰਗਤ ਮਿਲਦੀ ਹੈ ਤੇ ਇਹ ਸੰਗਤ ਵਿੱਚ ਆ ਕੇ ਹੀ ਸਾਡਾ ਜੀਵਨ ਜਿਹੜਾ ਹੈ ਉਹ ਸੁਚੱਜਾ ਹੁੰਦਾ ਹੈ ਤੇ ਜਿਹੜੇ ਗੁਰੂ ਦੀ ਕਿਰਪਾ ਦੇ ਨਾਲ ਸਤਸੰਗਤ ਵਿੱਚ ਆ ਕੇ ਜੁੜਦੇ ਨੇ, ਗੁਰੂ ਦੀਆਂ ਬਖਸ਼ਾਂ ਦੇ ਪਾਤਰ ਬਣਦੇ ਨੇ ਤੇ ਸਤਿਗੁਰੂ ਜੀ ਕਹਿੰਦੇ ਤਿੰਨ ਕੀ ਧੂੜ ਨਾਨਕ ਦਾਸ ਬਾਂਸ ਹੈ। ਕਹਿੰਦੇ ਮੈਂ ਉਹਨਾਂ ਦੀ ਧੂੜੀ ਚਾਹੁੰਦਾ ਹਾਂ ਜਿਨ੍ਹਾਂ ਨੇ ਗੁਰੂ ਤੋਂ ਦੁਆਰਾ ਆ ਕੇ ਨਾਮ ਦੀ ਪ੍ਰਾਪਤੀ ਕੀਤੀ ਹੈ। ਤਿੰਨ ਕੀ ਧੂੜ ਨਾਨਕ ਦਾਸ ਬਾਂਸ ਹੈ, ਜਿਨ ਹਰ ਨਾਮ ਹਿਰਦੇ ਪਰ, ਜਿਨ੍ਹਾਂ ਦੇ ਹਿਰਦੇ ਅੰਦਰ ਨਾਮ ਉਚਰ ਆਇਆ ਹੈ ਤੇ ਮੈਂ ਤਾਂ ਉਹਨਾਂ ਦੀ ਵੀ ਧੂੜੀ ਚਾਹੁੰਦਾ ਹਾਂ। ਤਾਂ ਹੀ ਆਖਿਆ ਕੰਠ ਤਨਾ ਜੜੀ ਆ, ਨਾਨਕ ਬਾਂਸੈ ਧੂੜ ਤਨ ਪ੍ਰਭ ਸਰਨੀ ਦਰ ਪੜੀ ਆ। ਨਾਨਕ ਗੁਰੂ ਸਾਹਿਬ ਵੀ ਦੇਖੋ ਇਹਦੇ 'ਚ ਕਿੱਡਾ ਵੱਡਾ ਬਖਸ਼ਿਸ਼ ਕਰ ਰਹੇ ਨੇ ਕਿ ਜਿਹੜੇ ਗੁਰੂ ਦੀ ਸ਼ਰਨ ਵਿੱਚ ਆ ਜਾਂਦੇ ਨੇ, ਜਿਹੜੇ ਗੁਰੂ ਦੀਆਂ ਬਖਸ਼ਾਂ ਦੇ ਪਾਤਰ ਬਣ ਜਾਂਦੇ ਨੇ ਤੇ ਤਿੰਨ ਕੀ ਧੂੜ ਨਾਨਕ ਦਾਸ ਬਾਂਸੈ, ਜਿਨ ਹਰ ਨਾਮ ਹਿਰਦੇ ਪਰ ਹੋਏ। ਇਹ ਨਾਮ ਤੇ ਹੀ ਸਤਿਗੁਰੂ ਜੀ ਨੇ ਸਾਰੀ ਮੋਹਰ ਲਾਈ ਹੈ ਤੇ ਸ਼ਬਦ ਕੀਰਤਨ ਰਾਹੀਂ ਵੀ ਤੁਸੀਂ ਉਹੀ ਜੋ ਗਾਇਨ ਕਰ ਰਹੇ ਸਨ ਸਰਵਣ ਕੀਤਾ ਹੈ ਤੇ ਮਗਰ ਪ੍ਰਭ ਅਰਾਧਨਾ ਬਹੁੜ ਨਾ ਜਨਮੜੀਆ। ਤੇ ਮਗਰ ਦੇ ਮਹੀਨੇ ਦਾ ਮਹਾਤਮ ਦੱਸਿਆ ਹੈ ਕਿ ਜਿਹੜਾ ਪ੍ਰਭੂ ਦੇ ਗੁਣ ਗਾਇਨ ਕਰਦਾ ਹੈ, ਪ੍ਰਭੂ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਉਹਦਾ ਜਨਮ ਮਰਨ ਵੀ ਕੱਟਿਆ ਜਾਂਦਾ ਹੈ। ਜਨਮ ਰਹਿਤ ਹੋ ਜਾਂਦਾ ਹੈ, ਮੁਕਤ ਹੋ ਜਾਂਦਾ ਹੈ ਜਨਮ ਮਰਨ ਤੋਂ। ਇਹ ਸਤਸੰਗ ਦੇ ਵਿੱਚ ਆ ਕੇ ਬਖਸ਼ਾਂ ਪ੍ਰਾਪਤ ਹੁੰਦੀਆਂ ਨੇ ਔਰ ਪ੍ਰਭੂ ਦਾ ਜਿਹੜਾ ਨਾਮ ਹੈ, ਨਾਮ 'ਤੇ ਹੀ ਸਤਿਗੁਰੂ ਜੀ ਨੇ ਮੋਹਰ ਲਾਈ ਹੈ ਅਤੇ ਨਾਮ ਨੂੰ ਹੀ ਮਹਾਨਤਾ ਦਿੱਤੀ ਹੈ। ਪਰ ਨਾਮ ਜਪਣਾ ਵੀ ਬੜਾ ਔਖਾ ਹੈ। ਜਿਨ੍ਹਾਂ ਨੇ ਨਾਮ ਜਪਿਆ ਹੈ, ਜਿਹੜੇ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਜਿਨ੍ਹਾਂ ਨੇ ਜੀਵਨ ਬਤੀਤ ਕੀਤਾ ਹੈ ਅਤੇ ਉਹਨਾਂ ਗੁਰੂ ਦੀ ਬਖਸ਼ ਦੇ ਨਾਲ ਉਹਨਾਂ ਨੇ ਰੁਤਬੇ ਪ੍ਰਾਪਤ ਕੀਤੇ ਨੇ ਔਰ ਭਾਈ ਗੁਰਦਾਸ ਜੀ ਨੇ ਇੱਕ ਫਰਮਾਨ ਦਿੱਤਾ, ਕਹਿੰਦੇ ਲੂਣ ਪਾਏ ਕਰ ਆਟੇ ਮਿਸੇ। ਬੀਬੀਆਂ ਰੋਟੀ ਪਕਾਉਂਦੀਆਂ ਨੇ, ਮਿਸੀ ਜੋ ਪਰਾਤ ਵਿੱਚ ਆਟਾ ਪਾਇਆ ਹੁੰਦਾ ਹੈ ਅਤੇ ਉਹਦੇ ਵਿੱਚ ਲੂਣ ਮਿਰਚ ਪਾ ਦਿੰਦੇ ਨੇ ਥੋੜ੍ਹਾ ਜਿਹਾ। ਬੇਸ਼ੱਕ ਪਰਾਤ ਭਰੀ ਹੈ ਲੂਣ ਆਟੇ ਦੀ ਅਤੇ ਚੁਟਕੀ ਭਰ ਲੂਣ ਪਾਇਆ, ਚੁਟਕੀ ਭਰ ਲੂਣ ਪਾਉਂਦੇ ਨਾਲ ਜਿਹੜੀ ਰੋਟੀ ਸੀ ਉਹ ਮਿਸੀ ਹੋ ਗਈ ਅਤੇ ਜਿਹੜੀ ਮਿਸੀ ਰੋਟੀ ਹੈ ਉਹਦੇ ਨਾਲ ਭਾਵੇਂ ਕੋਈ ਦਾਲ ਸਬਜ਼ੀ ਭਾਜੀ ਨਾ ਵੀ ਹੋਵੇ ਤਾਂ ਵੀ ਉਹ ਸਵਾਦ ਲੱਗਦੀ ਹੈ, ਤਾਂ ਵੀ ਬੰਦਾ ਖਾ ਸਕਦਾ, ਕਿਸੇ ਚੀਜ਼ ਦੀ ਲੋੜ ਨਹੀਂ ਪੈਂਦੀ। ਪਾਇਆ ਕਿ ਇੱਕ ਚੁਟਕੀ ਭਰ ਲੂਣ। ਇਸੇ ਤਰ੍ਹਾਂ ਭਾਈ ਗੁਰਦਾਸ ਜੀ ਦ੍ਰਿਸ਼ਟਾਂਤ ਦਿੰਦੇ ਨੇ, ਬੜੀਆਂ ਸਧਾਰਨ ਮਿਸਾਲ ਦੇ ਕੇ ਇਹ ਦ੍ਰਿਸ਼ਟਾਂਤ ਦੇ ਕੇ ਕਹਿੰਦੇ ਲੂਣ ਪਾਏ ਕਰ ਆਟੇ ਮਿਸੇ। ਜਿਹੜੇ ਜ਼ਿੰਦਗੀ ਦੇ ਸਵਾਸ ਨੇ ਤੈਨੂੰ ਪਰਮੇਸ਼ਰ ਨੇ ਦਿੱਤੇ ਨੇ, ਇਹਨਾਂ ਸਵਾਸਾਂ ਦੇ ਵਿੱਚ ਚੁਟਕੀ ਭਰ ਪ੍ਰਭੂ ਦੇ ਨਾਮ ਦਾ ਲੂਣ ਪਾ ਲਾ।
ਸਤਿ ਸ੍ਰੀ ਅਕਾਲ। ਥੋੜਾ ਜਿਹਾ ਵੀ ਟਾਈਮ ਕੱਢ, ਜਿਆਦਾ ਨਹੀਂ ਕਰ ਸਕਦਾ, ਥੋੜਾ ਜਿਹਾ ਵੀ ਟਾਈਮ ਕੱਢ। ਵੈਸੇ ਤੇ ਗੁਰੂ ਨੇ ਜੋ ਮਹਾਨ ਕਿਰਪਾ ਕੀਤੀ ਕਿ 24 ਘੰਟਿਆਂ ਦੇ ਵਿੱਚ ਘੱਟ ਤੋਂ ਘੱਟ 2.5 ਘੰਟੇ ਦਾ ਦਸਵੰਧ ਜਿਹੜਾ ਹੈ ਗੁਰਸਿੱਖ ਦਾ ਇਹ ਬਣਦਾ ਹੈ ਪ੍ਰਭੂ ਦੀ ਯਾਦ ਵਿੱਚ ਜੁੜਨਾ। ਥੋੜਾ ਕਰ, ਜੇ ਜਪਜੀ ਸਾਹਿਬ ਦਾ ਨਹੀਂ ਪਾਠ ਕਰਦਾ, ਜਪਜੀ ਸਾਹਿਬ ਦਾ ਪਾਠ ਕਰ। ਗੁਰਸਿੱਖ ਦਾ ਫਰਜ਼ ਹੈ ਕਿ ਪੰਜਾਂ ਬਾਣੀਆਂ ਦਾ ਨਿਤਨੇਮ ਕਰਨਾ, ਸਾਹਿਬ ਨੂੰ ਰਹਿ ਰਾਜ ਸਾਹਿਬ ਜੀ ਦਾ ਪਾਠ ਕਰਨਾ, ਸਾਉਣ ਲੱਗੇ ਕੀਰਤਨ ਸੋਹਲੇ ਦਾ ਪਾਠ ਕਰਨਾ। ਮਹਾਂਪੁਰਖਾਂ ਨੇ ਤਾਂ ਇੱਥੋਂ ਤੱਕ ਵੀ ਬਖਸ਼ਿਸ਼ ਕਰ ਦਿੱਤੀ ਹੈ ਕਿ ਜਿਹੜਾ ਗੁਰਮੁਖ ਪਿਆਰਾ ਇੱਕ ਸੁਖਮਨੀ ਸਾਹਿਬ ਜੀ ਦਾ ਰੋਜ਼ ਹੀ ਜੇ ਪਾਠ ਕਰ ਲਵੇ ਤੇ ਉਹਦੇ 8 ਪੈਰਾਂ ਦੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਨੇ, ਉਹਦੇ 24 ਘੰਟਿਆਂ ਦੇ ਸਵਾਸ ਸਫਲੇ ਹੋ ਜਾਂਦੇ ਨੇ ਜੇ ਇੱਕ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰ ਲਵੇ। ਇਤਨਾ ਵੱਡਾ ਫਲ ਤੇ ਮਹਾਤਮ ਦੱਸਿਆ ਹੈ। ਸੋ ਗੁਰਮੁਖ ਪਿਆਰਿਓ, ਇੱਥੇ ਆਉਣ ਦਾ ਲਾਭ ਕੀ ਆ? ਆਪਾਂ ਭੈੜੇ ਤਮਾਮ ਨਸ਼ਿਆਂ ਤੋਂ ਬਚੀਏ, ਧਰਮ ਦੀ ਕਿਰਤ ਕਰੀਏ, ਆਏ ਕੇ ਬਿਆਗ ਦੀ ਸੇਵਾ ਕਰੀਏ, ਬਾਣੀ ਔਰ ਬਾਣੀ ਦੇ ਧਾਰਨੀ ਹੋਈਏ, ਔਰ ਸੰਗਤ ਉਹਨਾਂ ਦੀ ਕਰੀਏ ਜਿਹੜੇ ਸਾਨੂੰ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਦੇ ਨੇ, ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਤੋੜ ਕੇ ਆਪਣੇ ਮਗਰ ਲਾਉਂਦੇ ਨੇ, ਉਹਨਾਂ ਦੀ ਆਪਾਂ ਭੁੱਲ ਕੇ ਵੀ ਸੰਗਤ ਨਹੀਂ ਕਰਨੀ। ਅਤੇ ਇੱਕ ਵਾਰ ਆਪਾਂ ਪੜ੍ਹ ਲਈਏ ਜੋ ਆਪਾਂ ਮਗਰ ਦੇ ਮਹੀਨੇ ਦਾ ਫਲ ਮਹਾਤਮ ਔਰ ਜੋ ਸ਼ਬਦ ਗ੍ਰਹਿਣ ਕੀਤਾ, ਅਤੇ ਉਸੇ ਤਰ੍ਹਾਂ ਆਪਾਂ ਇੱਥੋਂ ਕੁਛ ਗੁਰੂ ਦੀ ਗੋਦੀ ਵਿੱਚੋਂ ਕੁਛ ਬਖਸ਼ਿਸ਼ ਹਾਸਲ ਕਰਨੀ ਹੈ ਅਤੇ ਕੀ ਮੰਗਣਾ ਹੈ ਆਪਾਂ ਸਾਰੇ ਇਕੱਠੇ ਪੜੀਏ। ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਫਿਰ ਪੜੋ, ਵਿਸਰ ਨਾਹੀਂ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਨਾਨਕ ਚਾਓ। ਹੇ ਪ੍ਰਭੂ, ਮੈਂ ਹਮੇਸ਼ਾ ਤੇਰਾ ਨਾਮ ਜਪਦਾ ਰਹਾਂ, ਤੂੰ ਇੱਕ ਖਿੰਨ ਮਾਤਰ ਵੀ ਮੇਰੇ ਤੋਂ ਵਿਸਰੇ ਨਾ। ਇਹ ਮਨ ਦਾ ਚਾਓ ਅਵੰਗ ਹਮੇਸ਼ਾ ਮੇਰੇ ਦਿਲ ਵਿੱਚ ਬਣੀ ਰਹੇ। ਹੇ ਸਤਿਗੁਰੂ, ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ, ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ, ਜਿਤਨੀ ਸੰਗਤ ਆਪ ਜੀ ਦੇ ਚਰਨਾਂ 'ਚ ਪਹੁੰਚੀਏ ਜਾਂ TV ਰਾਹੀਂ ਬੈਠੇ ਆਨੰਦ ਮਾ ਰਹੇ ਨੇ, ਸੱਚੇ ਪਾਤਸ਼ਾਹ ਸਭ ਦੀਆਂ ਝੋਲੀਆਂ ਭਰ ਦਿਓ ਨਾਮ ਦੇ ਨਾਲ, ਤੁਹਾਡੇ ਦਰ ਤੋਂ ਕੋਈ ਖਾਲੀ ਨਾ ਜਾਵੇ। ਹੇ ਵਾਹਿਗੁਰੂ, ਕਿਰਪਾ ਕਰੋ, ਬਖਸ਼ਿਸ਼ ਕਰੋ, ਭੁੱਲਾਂ ਚੁੱਕਾਂ ਦੀ ਖਿਮਾ, ਔਰ ਸ਼ਾਮ ਦਾ ਟਾਈਮ ਇਸੇ ਤਰ੍ਹਾਂ ਸਮੇਂ ਸਿਰ ਆ ਕੇ ਲਾਹ ਪ੍ਰਾਪਤ ਕਰੋ। ਇਹ ਪ੍ਰਬੰਧਕਾਂ ਨੇ ਜੋ ਉਪਰਾਲਾ ਕੀਤਾ, ਉੱਦਮ ਕੀਤਾ, ਹਿੰਮਤ ਕੀਤੀ, ਜਿਸ ਤਰ੍ਹਾਂ 14 ਤਰੀਕ ਤੋਂ ਲੈ ਕੇ ਤੇ 24 ਤਰੀਕ ਤੱਕ ਇਹ ਸਾਰਾ ਪ੍ਰੋਗਰਾਮ, ਇਹ ਤਾਂ ਹੀ ਇਹਨਾਂ ਨੂੰ ਲਿਖਣਾ ਪਿਆ। ਇਹਨਾਂ ਨੇ ਰਾਤ ਬੜਾ ਸੋਹਣਾ ਬਚਨ ਕੀਤਾ ਕਿ ਜਿਹੜੇ ਜਦੋਂ ਨਗਰ ਕੀਰਤਨ ਨਿਕਲਦਾ ਹੈ, ਇਤਨੇ ਸਟਾਲ ਲੱਗੇ ਹੁੰਦੇ ਖਾਣੇ ਦੇ ਬਹੁਤ ਜ਼ਿਆਦਾ, ਅਤੇ ਇੰਨਾ ਕੁਝ ਖਾ ਵੀ ਨਹੀਂ ਸਕਦਾ ਇਨਸਾਨ, ਵੇਸਟ ਜਾਂਦਾ ਹੈ, ਰੁਲਦਾ ਹੈ, ਧੱਕੇ ਨਾਲ ਆਪਾਂ ਸਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਅਤੇ ਜੇ ਉਹੀ ਜੇ ਤੁਸੀਂ ਸੇਵਾ ਕਰਨੀ ਹੈ, ਗੁਰੂ ਨਾਨਕ ਦੀ ਯਾਦ ਵਿੱਚ ਇਹ ਸਾਰਾ ਪ੍ਰੋਗਰਾਮ ਚੱਲ ਰਿਹਾ ਹੈ, ਇੱਥੇ ਆ ਕੇ ਲੰਗਰਾਂ ਦੀ ਸੇਵਾ ਲੈ ਕੇ ਆਪਣੇ ਹੱਥੀਂ ਸੇਵਾ ਕਰਕੇ ਜਾਓ, ਤਾਂ ਕਿ ਤੁਹਾਡਾ ਜਿਹੜਾ ਪੈਸਾ ਉਹ ਖਰਚਿਆ ਕਿਸੇ ਲੇਖੇ ਵਿੱਚ ਲੱਗ ਜਾਵੇ, ਗੁਰੂ ਦੀਆਂ ਬਖਸ਼ਾਂ ਔਰ ਸ਼ੀਸ਼ਾਂ ਦੇ ਤੁਸੀਂ ਪਾਤਰ ਬਣ ਜਾਓ। ਤੋ ਪਿਆਰ ਸਤਿਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਡੇ ਭਾਗ ਹਨ।
ਜਿੰਨੀਆਂ ਰੂਹਾਂ ਜੁੜ ਬੈਠੇ ਹੋ, ਮਹਾਂਪੁਰਸ਼ਾਂ ਦੇ ਅਮੋਲਕ ਬਚਨ ਸਰਵਣ ਕਰ ਰਹੇ ਸੋ, ਉੱਤਮ ਸਲੋਕ ਸਾਧ ਕੇ ਬਚਨ ਅਮਲੀਕ ਲਾਲੇ ਰਤਨ, ਸੁਨਤ ਕਮਾਵਤ ਹੋਤ ਉਧਾਰ, ਆਪ ਤਰੇ ਸਗਲੇ ਉਧਾਰ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਗੋਦ ਹੈ, ਸਤਿਗੁਰਾਂ ਦੀ ਗੋਦ ਵਿੱਚ ਬੈਠ ਕੇ ਆਨੰਦ ਮਾਣ ਰਹੇ ਹੋ। ਆਓ, ਸ਼ਾਮ ਨੂੰ ਫਿਰ ਦਾਸਾਂ ਦੀ ਹਾਜ਼ਰੀ ਹੈ। ਕੋਸ਼ਿਸ਼ ਕਰਾਂਗੇ 7:30 ਤੋਂ 8:15 ਵਜੇ ਤੱਕ ਆਪ ਜੀ ਦੀ ਅਸੀਸ ਪ੍ਰਾਪਤ ਕਰ ਸਕੀਏ। ਫਿਰ ਵਾਪਸੀ ਲੁਧਿਆਣੇ, ਕੱਲ੍ਹ ਅੰਮ੍ਰਿਤ ਵੇਲੇ ਅੰਮ੍ਰਿਤਸਰ ਵਿਖੇ ਕੀਰਤਨ ਹੈ, ਇਸ ਵਾਸਤੇ 8:15 ਵਜੇ ਤੱਕ ਦਾਸ ਹਾਜ਼ਰੀ ਭਰਨਗੇ। ਫਿਰ ਮਹਾਂਪੁਰਸ਼ਾਂ ਦਾ ਸਮਾਂ ਹੋਵੇਗਾ। ਆਓ, ਹੁਣ ਵੀ 10:30 ਵਜੇ ਤੱਕ ਕੀਰਤਨ ਇਸੇ ਤਰ੍ਹਾਂ। ਸਤਿਕਾਰਯੋਗ ਮਹਾਂਪੁਰਸ਼ ਸੰਤ ਬਾਬਾ ਲੱਖਾ ਸਿੰਘ ਜੀ, ਤਿੰਨਾਂ ਤੋਂ ਵਰਸ ਆਏ ਸਤਿਕਾਰਯੋਗ ਭਾਈ ਸਾਹਿਬ ਭਾਈ ਤਮਿੱਤਰ ਮਿੰਦਰ ਸਿੰਘ ਜੀ, ਉਹਨਾਂ ਦੀ ਰਸਨਾ ਤੋਂ ਕੀਰਤਨ ਸਰਵਣ ਕਰੋ। ਇੱਕ ਓਅੰਕਾਰ
ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਹਾਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੇ ਭੀ ਸੱਚ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇਰਾ ਖੋ ਪ੍ਰਭੂ ਨਾਨਕ ਦੇ ਕਰ ਹੱਥ ਤੁਧ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾ ਉਹਨਾਂ ਜਾਣੇ ਗੁਰਪੁਰੈ ਮੇਰੀ ਰਾਖ ਲਈ ਗੁਰਪੁਰੈ ਮੇਰੀ ਰਾਖ ਲਈ ਗੁਰਪੁਰੈ ਮੇਰੀ ਰਾਖ ਲਈ ਜਨਮ ਜਨਮ ਕੀ ਮੈਂ
Ah.
Yeah.
ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਸੁਖ ਤੇਰਾ ਦਿੱਤਾ ਲਈਏ, ਦੁੱਧ ਪਾਵੇ ਤਾਂ ਨਾਮ ਪਾਵੇ, ਤੇਰੀ ਸੇਵਾ, ਤੇਰੀ ਸੇਵਾ।
ਸੇਵਾ ਮੁਕਤ ਭੋਗਤ ਜੁਗਤ
ਜੀ ਦੇ ਪਾਵਨ ਸ਼ਬਦ 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਬਿਰਧ ਪਿਓ। ਸਤਿਗੁਰੂ ਮਹਾਰਾਜ ਜੀ ਨੇ ਪਾਵਨ ਸ਼ਬਦਾਂ ਦੇ ਵਿੱਚ ਬੜੀ ਸਰਲ ਸ਼ਬਦਾਂ ਦੇ ਵਿੱਚ ਸਮਝਾਇਆ ਕਿ ਇਨਸਾਨ ਦੇ ਮੁੱਢਲੇ ਜਨਮ ਦੇ 12 ਸਾਲ ਬਚਪਨ ਦੀਆਂ ਖੇਡਾਂ ਵਿੱਚ ਚਲੇ ਜਾਂਦੇ ਨੇ। 12 ਬਰਸ ਬਾਲਪਨ ਬੀਤੇ 20 ਬਰਸ ਕਛ ਤਪ ਨਾ ਕੀਓ 30 ਬਰਸ ਕਛ ਦੇਵ ਨਾ ਪੂਜਾ। 30 ਸਾਲ ਦੀ ਉਮਰ ਦੇ ਵਿੱਚ ਜਿਸ ਨੂੰ ਇਹ ਵੀ ਨਹੀਂ ਪਤਾ ਕਿ ਮੈਂ ਗੁਰੂ ਕਿਸ ਨੂੰ ਧਾਰਨਾ ਹੈ, ਭਾਵ ਜਿਹੜੇ ਨਗੁਰੇ ਨੇ, 30 ਬਰਸ ਕਛ ਦੇਵ ਨਾ ਪੂਜਾ ਫਿਰ ਪਛਤਾਨਾ ਜਾਂ ਬਿਰਧ ਪਿਓ। ਅਤੇ ਜਦ ਬੁਢੇਪਾ ਆ ਜਾਂਦਾ ਫਿਰ ਪਛਤਾਵੇ ਤੋਂ ਬਿਨਾਂ ਕੁਝ ਪੱਲੇ ਨਹੀਂ ਰਹਿ ਜਾਂਦਾ। ਗੁਰ ਸੇਵਾ ਅਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ, ਇਸ ਦੇ ਹੀ ਕੋ ਸਿਮਰੈ ਦੇਵ ਸੋ ਦੇ ਹੀ ਭਜ ਹਰ ਕੀ ਸੇਵ। ਸਤਿਗੁਰੂ ਮਹਾਰਾਜ ਸਮਝਾਉਂਦੇ ਹਨ ਕਿ ਮਨੁੱਖਾ ਦੇਹੀ ਨੂੰ ਤਾਂ ਦੇਵਤੇ ਵੀ ਲੋਚਦੇ ਨੇ ਕਿ ਉਹ ਮਨੁੱਖਾ ਦੇਹੀ ਲੈ ਕੇ ਉਸ ਪ੍ਰਭੂ ਦਾ ਸਿਮਰਨ ਕਰਕੇ ਉਸ ਪ੍ਰਭੂ ਨੂੰ ਪਾ ਸਕਣ। ਸੋ ਆਓ ਇਹ ਪਾਵਨ ਗੁਰਮਤਿ ਸਮਾਗਮ ਜੋ ਸਤਿਗੁਰੂ ਮਹਾਰਾਜ ਜੀ ਸਥਾਨਾਂ 'ਤੇ ਚੱਲ ਰਿਹਾ ਹੈ, ਸਵੇਰ ਤੋਂ ਆਪ ਲੰਬੇ ਸਮੇਂ ਤੋਂ ਆਸਾ ਜੀ ਦੀ ਵਾਰ ਤੋਂ ਲੈ ਕੇ ਹਾਜ਼ਰੀਆਂ ਭਰ ਰਹੇ ਹੋ। ਸ਼ਬਦ ਦੀ ਹਾਜ਼ਰੀ ਤੋਂ ਬਾਅਦ ਆਨੰਦ ਸਾਹਿਬ ਦਾ ਹੁਣ ਪਾਠ ਪੜ੍ਹਾਂਗੇ, ਫਿਰ ਸ਼ਾਮ ਦਾ ਵੀ ਦੀਵਾਨ ਹੈ। ਜਿਵੇਂ ਮਹਾਂਪੁਰਖ ਆਪ ਜੀ ਸੰਗਤ ਨੂੰ ਬੇਨਤੀ ਕਰਕੇ ਗਏ ਸਨ, ਸ਼ਾਮ ਨੂੰ ਵੀ ਸਾਰੀਆਂ ਸੰਗਤਾਂ ਨੇ ਹਾਜ਼ਰੀਆਂ ਭਰਨੀਆਂ ਨੇ। ਜਿਤਨੀਆਂ ਵੀ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਨੇ, ਸਭ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਜੀ ਆਇਆਂ ਨੂੰ ਸ਼ਾਮ ਨੂੰ ਵੀ ਇਸੇ ਤਰ੍ਹਾਂ ਹਾਜ਼ਰੀ ਭਰਨੀ ਹੈ। ਕੀਰਤਨ ਕਰਦੇ ਬਾਣੀ ਪੜ੍ਹਦੇ ਹਾਂ, ਅਨੇਕਾਂ ਹੀ ਗਲਤੀਆਂ ਹੋ ਗਈਆਂ ਹੋਣਗੀਆਂ, ਆਪ ਸਰਬੱਤ ਸੰਗਤ ਬਖਸ਼ਣ ਯੋਗ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ। ਔਰ ਸ੍ਰੀ ਅਨੰਦ ਸਾਹਿਬ ਜੀ ਦਾ ਪਾਠ ਪੜ੍ਹ ਕੇ ਸਮਾਪਤੀ ਕਰੀਏ ਜੀ। ਰਾਮ
ਨਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਪਰੀਆਂ ਸਬਦ ਗਾਵਣ ਆਈਆਂ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪੁਜਾ ਸਦਾ ਗੁਰਬਾਨ ਕਿਤਾ ਗੁਰ ਵਿਠੋ ਜਿਸ ਦੀਆਂ ਇਹ ਵਡਿਆਈਆਂ ਕਹੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਤਿਤ ਘਰ ਸੁਭਾਗੇ ਘਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਤਾਰੀਆ ਪੰਚ ਦੂਤ ਤੁਰ ਵਾਸੇ ਕੀਤੇ ਕਾਲ ਕੰਡ ਕਮਾਰਿਆ ਤੁਰ ਘਰ ਪਾਇਆ ਜਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਦੇ ਖਾਲਸਾ ਵਾਹਿਗੁਰੂ ਜੀ ਕੀ ਫਤਿਹ।